ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤਹਿਤ ਲਖੀਮਪੁਰ ਖੀਰ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸਬ ਡਿਵੀਜ਼ਨ ਪਾਤੜਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿਛਲੇ 1 ਸਾਲ ਤੋਂ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਚੱਲ ਰਹੇ ਸੰਘਰਸ਼ ਦੌਰਾਨ ਯੂਪੀ ਦੇ ਲਖੀਮਪੁਰ ਖੀਰ ਦੇ ਵਿੱਚ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ, ਪਰੰਤੂ ਇਸ ਸਰਕਾਰ ਦੇ ਵੱਲੋਂ ਕਾਤਲਾਂ ਦੇ ਆਰੋਪੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਸਬ ਡਿਵੀਜ਼ਨ ਅਤੇ ਜ਼ਿਲ੍ਹਾ ਪੱਧਰ ਤੇ ਰੋਸ ਮੁਜ਼ਾਹਰੇ ਕਰਕੇ ਕਿਸਾਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਦਿੱਤੇ ਸੱਦੇ ਤਹਿਤ ਸਬ ਡਿਵੀਜ਼ਨ ਕੰਪਲੈਕਸ ਪਾਤੜਾ ਵਿਖੇ ਰੂਹ ਭਰਪੂਰ ਦਿਖਾਵਾ ਕਰਦਿਆਂ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਵੱਡੀ ਗਿਣਤੀ ਦੇ ਵਿੱਚ ਵਲੰਟੀਅਰਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਹੈ। ਸਾਡੇ ਗੁਣਾਂ ਦੀ ਕਰੋ ਤਿਆਰੀ, ਇਕੱਠੀ ਹੋ ਕੇ ਜਨਤਾ ਸਾਰੀ ਕਰਨ ਗਏ ਜੇਲਾ ਠਾਣੇ, ਲੋਕਾਂ ਦੇ ਹੜਵਾਦੇ ਜਾਣੇ, ਮੰਗ ਮੰਗ ਕੇ ਵੇਖ ਲਿਆ, ਮੰਗ ਮੰਗ ਕੇ ਵੇਖ ਲਿਆ, ਸਾਡਾ ਏਕਾ ਜਿੰਦਾਬਾਦ, 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 ਸਾਡਾ ਏਕਾ ਜਿੰਦਾਬਾਦ, 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ। ਅਜੇ ਮਿਸ਼ਰਾ ਨੂੰ ਜੇਲ੍ਹਾਂ ਦੀਆਂ ਸੌਖਾਂ ਪਿੱਛੇ ਬੰਦ ਕਰੋ, ਅਜੇ ਮਿਸ਼ਰਾ ਨੂੰ ਬੰਦ ਕਰਾ ਕੇ ਰਹਾਂਗੇ। ਸੁਖਦੇਵ ਸਿੰਘ ਹੋਰ ਗਾਣ ਤੇ ਨਹੀਂ ਜਾਂਦੇ ਪਤਲਾ। ਇਹ ਜਿਹੜਾ ਅੱਜ ਦਾ ਗੱਲ ਆਈ ਹੈ ਵੀ 26 ਤਰੀਕ ਅੱਜ ਹੈ, ਅੱਜ ਸਾਨੂੰ 11 ਮਹੀਨੇ ਪੂਰੇ ਹੋ ਗਏ ਦਿੱਲੀ ਵਿੱਚ ਬੈਠਿਆਂ ਨੂੰ, ਤੇ ਸੰਯੁਕਤ ਮੋਰਚੇ ਵੱਲੋਂ ਮੰਗ ਕੀਤੀ ਹੈ ਅੱਜ ਸਾਰੇ ਭਾਰਤ ਦੇ ਡੀਸੀਆਂ ਨੂੰ ਤੇ ਅਰਜੀਆਂ ਨੂੰ ਮੰਗ ਪੱਤਰ ਦੇਣੇ ਨੇ ਵੀ ਜਿਹੜੀ ਲਖੀਮਪੁਰ ਘਟਨਾ ਵਾਪਰੀ ਹੈ ਉਹਨਾਂ ਦੇ ਜਿਹੜੇ ਦੋਸ਼ੀ ਨੇ, ਜਿਹਨਾਂ ਦੇ ਕਾਤਲ ਨੇ, ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ, ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਪਿੱਛੇ ਡੱਕਿਆ ਜਾ ਰਿਹਾ। ਇਸ ਕਰਕੇ ਅਸੀਂ ਉਸ ਕਾਲ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਪ੍ਰਸਿੱਧ ਦੂਜਾ ਜਿਹੜਾ DAP ਦਾ ਬੜਾ ਵੱਡਾ ਸੰਕਟ ਬਣਿਆ ਹੋਇਆ ਸਾਰੇ ਕਿਸਾਨਾਂ ਨੂੰ ਇਸ ਵੇਲੇ ਕਣਕ ਬੀਜਣੀ ਹੈ, ਉਹ DAP ਦਾ ਬੜਾ ਫਿਕਰ ਲੱਗਿਆ ਹੋਇਆ ਸੀਗਾ, ਉਹਦੇ ਵਾਸਤੇ ਵੀ ਮੰਗ ਪੱਤਰ ਦਿੱਤਾ ਸੀ ਪਹਿਲਾਂ ਵੀ, ਅੱਜ ਵੀ ਡੀਐਮ ਸਾਹਿਬ ਨੂੰ ਮਿਲ ਕੇ ਆਇਆ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ 3000 ਗੱਡਾ ਜਿਹੜਾ ਪਾਤਲਾਂ ਦੇ ਵਿੱਚ ਅੱਜ ਆ ਰਿਹਾ, ਤੇ ਅਸੀਂ ਇਸ ਕਰਕੇ ਕਹਿੰਦੇ ਜੇ ਨਾ ਅੱਜ ਆਇਆ ਤਾਂ ਅਸੀਂ ਇਹ ਸੰਘਰਸ਼ ਤੇਜ਼ ਕਰਕੇ ਤੇ ਅੱਜ ਦਫ਼ਤਰ ਘੇਰ ਕੇ ਅਸੀਂ ਇਹ ਮੰਗ ਕਰਕੇ DAP ਪੂਰੀ ਦਵਾਂਗੇ। ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਬਲਾਕ ਪ੍ਰਧਾਨ ਅਮਰੀਕ ਸਿੰਘ ਜੋ ਕਿ ਅੱਜ ਸਾਡਾ ਤਕਰੀਬਨ ਸਾਡੇ ਸਾਰੇ ਪੰਜਾਬ ਦੇ ਵਿੱਚ ਸੰਯੁਕਤ ਮੋਰਚੇ ਦਾ ਕੌਲ ਦੇ ਉੱਤੇ ਜਿਹੜਾ ਕਿ ਸਾਡੇ ਯੂਪੀ ਦੇ ਵਿੱਚ ਇਹ ਘਟਨਾ ਵਾਪਰੀ ਸੀ, ਉਸ ਮੰਤਰੀ ਨੇ ਸਾਡੇ ਕਿਸਾਨ ਸ਼ਹੀਦ ਕੀਤੇ ਸੀ ਕਾਰਾਂ ਚੜ੍ਹ ਚੜ੍ਹ ਕੇ, ਉਹਨਾਂ ਨੂੰ ਨਾ ਫੜਨ ਕਰਨ, ਇੱਕ ਅੱਧਾ ਬੰਦਾ ਉਹਨੇ ਫੜਿਆ ਬਾਕੀ ਵਾਲੇ ਫੜੇ ਨਹੀਂ, ਗ੍ਰਿਫਤਾਰ ਨਹੀਂ ਕੀਤੇ, ਉਹਨਾਂ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਸਾਰੇ ਪੰਜਾਬ ਦੇ ਐਸਡੀਐਮਾਂ ਦੇ ਮੰਗ ਪੱਤਰ ਅਸੀਂ ਅੱਜ ਦੇ ਰਹੇ ਹਾਂ ਵੀ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ, ਉਸ ਤੋਂ ਅਗਲਾ ਪ੍ਰੋਗਰਾਮ ਨਹੀਂ ਸਾਡਾ ਸੰਯੁਕਤ ਮੋਰਚੇ ਕਿ ਨਹੀਂ ਉਹ ਕਰੜਾ ਆਊਗਾ, ਉਹ ਕੀ ਲਿਖਦੇ ਨੇ ਉਹ ਤੇ ਫਿਰ ਅਸੀਂ ਪੁੱਲ ਚੜਾਵਾਂਗੇ। ਖੇਤੀ ਕਾਨੂੰਨਾਂ ਨੂੰ ਲੈ ਕੇ ਕੀ ਹੁਣ ਤੱਕ ਜਿਹੜਾ ਮਾਮਲਾ ਕਿੱਥੇ ਕਿੰਨੇ ਚਿਰ ਹੋਏ ਤੁਹਾਨੂੰ? ਖੇਤੀ ਕਾਨੂੰਨਾਂ ਦਾ ਹਾਲੇ ਮਸਲਾ ਸਾਡਾ ਉੱਥੇ ਹੀ ਖੜਾ ਹੈ, ਉਹ ਕਹਿੰਦੀ ਹੈ ਸਰਕਾਰ ਵੀ ਖਾਲੀ ਅਸੀਂ ਇਹਦੇ ਵਿੱਚ ਸੋਧ ਕਰਦੇ ਹਾਂ, ਪਰ ਸੰਯੁਕਤ ਮੋਰਚੇ ਦਾ ਕੌਲ ਹੈ ਵੀ ਅਸੀਂ ਸੋਧ ਨਹੀਂ ਕਰਾਉਣੀ, ਅਸੀਂ ਖਤਮ ਕਰਾਉਣੇ ਨੇ, ਜਿਹੜੀ ਚੀਜ਼ ਦੀ ਸਾਨੂੰ ਲੋੜ ਹੀ ਨਹੀਂ ਹੈ, ਅਸੀਂ ਖਾਣ ਨੂੰ ਜੀਏ ਨਹੀਂ ਕਰਦਾ, ਦੂਸਰਾ ਬੰਦਾ ਵੀ ਅੱਧੀ ਖਾ ਲੈ ਤਿਹਾਈ ਖਾ ਲੈ ਉਹ ਕਿਵੇਂ ਖਵਾ ਸਕਦਾ? ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਹੈ, ਅਸੀਂ ਇਹਨੂੰ ਮਾਫ਼ ਕਰਾ ਕੇ ਖਤਮ ਕਰਾ ਕੇ ਇਹ ਜਿਹੜੇ ਮੋਰਚੇ ਨੇ ਚੱਕਾਂਗੇ, ਨਹੀਂ ਉਹਨਾਂ ਚਿਰ ਮੋਰਚੇ ਸਾਡੇ ਬਰਕਰਾਰ। ਆਪਣਾ ਲੱਖੇ ਸਿਧਾਣੇ ਦਾ ਰੋਲ ਇੱਥੇ ਜਿਹੜੇ ਤਕਰੀਬਨ ਪਾਤਰਾਂ ਦੇ ਵਿੱਚ 16-17 ਵੱਡੇ ਸੇਲੇ ਲੱਗੇ ਹੋਏ, ਉਹਨਾਂ ਦੀ ਡਿਮਾਂਡ ਅੱਜ ਤਕਰੀਬਨ 2.5 ਲੱਖ ਗੱਟਾ ਰੋਜ਼ ਦਾ ਕੁੱਟਦੇ ਨੇ। ਜੇ ਸਾਡੇ ਪਾਤਰਾ ਏਰੀਏ ਦਾ ਜਾਂ ਪੰਜਾਬ ਦੇ ਏਰੀਏ ਦਾ, ਪਾਤਰਾ ਏਰੀਏ ਦਾ ਜੇ ਅਸੀਂ ਲੈ ਲਈਏ, ਪਾਤਰਾ ਮੰਡੀ ਦਾ 5000 ਗੱਟਾ ਰੋਜ਼ ਦਾ ਨਿਕਲਦਾ, ਜੇ ਸਾਰੇ ਪੰਜਾਬ ਚ ਵੀ ਗੱਟਾ ਅਸੀਂ ਇਹ ਇਕੱਠਾ ਕੀਤਾ ਜਾਵੇ ਕੋਈ ਬਹੁਤਾ ਨਹੀਂ ਹੈ। ਇਹ ਜਿਹੜੇ ਸੇਲੇ ਵਾਲੇ ਨੇ ਜਿੰਨਾ ਚਿਰ ਬਾਹਰੋਂ ਜੀਰੀ ਆਉਂਦੀ ਨਹੀਂ ਉਨਾ ਚਿਰ ਇਹਨਾਂ ਦਾ ਘਰ ਪੂਰਾ ਹੁੰਦਾ ਨੀ। ਤਕਰੀਬਨ 10000 ਗੱਟਾ ਇੱਕ ਸੇਲੇ ਨੂੰ ਰੋਜ਼ ਦਾ ਚਾਹੀਦਾ। ਜੇ ਸੇਲਿਆਂ ਨੂੰ ਮਾਲ ਨਾ ਮਿਲਿਆ, ਸੇਲਿਆਂ ਨੇ ਬੰਦ ਹੋਣਾ, ਇੱਥੋਂ ਜਿਹੜੀ ਲੇਬਰ ਹੈ ਸਾਡੇ
ਸੈਂਕੜੀ ਬੰਦਾ ਇੱਕ ਕਿਸੇਲੇ ਚ ਕੰਮ ਕਰਦਾ ਉਹਦਾ ਰੁਜ਼ਗਾਰ ਖਤਮ ਹੋਊਗਾ, ਇੱਥੋਂ ਦੇ ਭਾਅ ਡਾਊਨ ਹੋਣਗੇ। ਨਹੀਂ ਇਹ ਕੋਈ ਜਿਹੜੀ ਸਿਧਾੜੇ ਨੇ ਗੱਲ ਕਰੀ ਹੈ, ਇੱਕ ਉਹਦੇ ਹੱਲੇ ਸ਼ੇਰੀ ਤੇ ਰੋਕਣ ਨਾਲ ਬਰੀਕ ਚੌਲ ਰੋਕਿਆ। ਬਰੀਕ ਚੌਲ ਦਾ ਅੱਜ ਸਾਡੇ ਕੋਲ ਚਾਰ ਦਿਨਾਂ ਦੀ ਮੰਡੀ ਦਾ ਵਿੱਚ ਤਕਰੀਬਨ 30,000-35,000 ਗੱਟਾ ਸਾਡਾ ਮੰਡੀ ਦੇ ਵਿੱਚ ਮੀਂਹ ਨੇ ਭੇਜਤਾ, ਉਹਦਾ ਜ਼ਿੰਮੇਵਾਰ ਕੌਣ ਹੈ? ਉਹ ਕਿਸਾਨ ਅੱਜ ਮਾਰੇ ਗਏ। ਜੇ ਸਾਡੇ ਕਿਸਾਨਾਂ ਦਾ ਉਹੀ ਦੋ ਦੋ ਮਣ ਜੀਰੀਆਂ ਖਰਾਬ ਹੋ ਗਈਆਂ ਜਿਹੜੀਆਂ 3,000-3,200 ਲੱਗਦੀ ਸੀ, ਅੱਜ ਉਸੇ ਜੀਰੀ ਨੂੰ ਕੋਈ 2,000-2,200 ਪੁੱਛ ਨਹੀਂ ਗਿਆ। ਉਹ ਨੁਕਸਾਨ ਕਿਸਾਨਾਂ ਦਾ ਹੋਇਆ। ਅਸੀਂ ਭਾਲਦੇ ਤੇ ਵੀ ਜਿਹੜੀ ਬਾਹਰਲੀ ਖੁੱਲੀ ਮੰਡੀ ਕਰੀ ਹੈ ਵੀ ਉਹ ਮੰਡੀ ਵੱਡੇ ਮੋਟਾ ਚੌਲ ਆ ਜਿਹੜਾ ਉਹ ਆਇਆ ਜਾਵੇ, ਉਹਦੇ ਨਾਲ ਸਾਡੀ ਜੀਰੀ ਨੂੰ ਫਰਕ ਪੈਂਦਾ, ਸਾਡੇ ਕਿਸਾਨੀ ਨੂੰ ਫਰਕ ਪੈਂਦਾ। ਲੱਖਾ ਸਦਾਨਾ ਇਹ ਗੱਲ ਕਹਿ ਰਿਹਾ ਵੀ ਮੇਰਾ ਕੋਈ ਰੋਲ ਨਹੀਂ, ਮੈਂ ਤੁਹਾਡੇ ਵਾਸਤੇ ਕਰ ਰਿਹਾ ਜਿਹੜਾ ਕਰ ਰਿਹਾ, ਮੈਨੂੰ ਲੱਗਦਾ ਵੀ ਇਹ ਕਿੱਥੋਂ ਤਾਂ ਗੱਲ ਜਾਇਜ਼ ਹੈ। ਜੇ ਸਾਡੇ ਵਾਸਤੇ ਕਰਦਾ, ਸਾਡੀਆਂ 32 ਕਿਸਾਨ ਜਥੇਬੰਦੀਆਂ ਨੇ, ਇਹਨਾਂ ਨੂੰ ਵੀ ਕੁਛ ਔੜ ਦੀ ਗੱਲ, ਇਹਨਾਂ ਨੂੰ ਵੀ ਪਤਾ ਲੱਗਦਾ ਵੀ ਇੱਕ ਸਾਡੇ ਵਾਸਤੇ ਹੈ। ਅਸੀਂ ਇਤੋਂ ਪਹਿਲਾਂ ਵੀ ਟਰੱਕ ਰੋਕ ਸਕਦੇ ਤੇ ਬਰੀਕ ਚੌਲ ਦੇ, ਤੂੰ ਪਹਿਲਾਂ ਵੀ ਰੋਕ ਲਾਦੇ, ਸਾਡਾ ਇਹ ਫਾਇਦਾ ਹੁੰਦਾ ਇਸ ਚੀਜ਼ ਨਾਲ। ਇਸ ਚੀਜ਼ ਨਾਲ ਸਾਡਾ ਕਿਸਾਨਾਂ ਦਾ ਨੁਕਸਾਨ ਹੋਇਆ। ਜਿਹੜੀ ਬਰੀਕ ਚੌਲ ਹੈ 1,100-1,100 ਹੈ, 1,500-1,900 ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਸੇਲੇ ਬੰਦ ਹੋ ਜਾਣਗੇ, ਸਾਰੇ ਸਾਡੇ ਸੇਲੇ ਪੱਟੇ ਜਾਣਗੇ, ਜਿਵੇਂ ਤੁਹਾਡੇ ਗੋਬਿੰਦਗੜ੍ਹ ਦੇ ਵਿੱਚ ਫੈਕਟਰੀਆਂ ਹਿਮਾਚਲ 'ਚ ਚਲੀਆਂ ਗਈਆਂ, ਵੱਡੀਆਂ ਫੈਕਟਰੀਆਂ ਸਾਰੀਆਂ ਕੋਈ ਕਿਤੇ ਚਲੀ ਗਈ, ਇੱਥੋਂ ਚੱਕ ਕੇ ਸੇਲੇ ਬਾਹਰ ਲੈ ਜਾਣਗੇ ਇਹ, ਫਿਰ ਅਸੀਂ ਤਾਂ ਇਹਦੇ ਹੱਕ 'ਚ ਨਹੀਂ ਹੈ, ਬਿਲਕੁਲ ਨਹੀਂ ਹੱਕ 'ਚ ਇਹਦੇ। ਸਾਡੀ ਤਾਂ ਫਸਲ ਬਹੁਤ ਵਧੀਆ ਵਿਕਰੀ ਹੈ, ਇੱਥੇ ਦਾ ਰੇਟ ਬਹੁਤ ਵਧੀਆ, ਇਹ ਕਈ ਸਾਲਾਂ ਪਿੱਛੋਂ ਆਇਆ, ਇਹ ਰੇਟ ਆ ਕੇ ਇਹਨਾਂ ਨੇ ਫਿਰ ਖਰਾਬ ਕਰਤਾ ਸਾਡਾ, ਇਹ ਗੱਲ ਵਧੀਆ ਜੀ। ਜੇ ਦੁਬਾਰਾ ਤਾਂ ਬਿਲਕੁਲ ਸਾਥ ਦਿੰਦੇ ਤੁਹਾਡੇ, ਅਸੀਂ ਪਹਿਲਾਂ ਵੀ ਸਾਡੀ ਜਥੇਬੰਦੀ ਨੇ ਸਾਥ ਨਹੀਂ ਦਿੱਤਾ, ਭਾਰਤੀ ਕਿਸਾਨ ਗਰਾਹਾਂ ਵੱਲੋਂ ਪਹਿਲਾਂ ਵੀ ਸਾਥ ਨਹੀਂ ਦੀ। ਇਹੀ ਇੱਕ ਵਾਰੀ ਤੁਹਾਨੂੰ ਪਤਾ ਹੋਣਾ ਦੁੱਧ ਦਾ ਕੰਮ ਚੱਲਿਆ ਸੀ, ਇਹ ਅਗਰਾਹਾਂ ਜਥੇਬੰਦੀ ਨੇ ਉਦੋਂ ਵੀ ਸਾਥ ਦਿੱਤਾ ਵੀ ਸਾਡਾ ਇਹਦੇ ਵਿੱਚ ਨੁਕਸਾਨ ਹੋਣਾ ਹੈ, ਨੁਕਸਾਨ ਉਦੋਂ ਦੁੱਧ ਰੋਕ ਕੇ ਜਿੰਨਾ ਬੇਰਕਾ ਦਾ 5-5 ਸਾਲ ਦਾ ਕਬਾੜ ਇਕੱਠਾ ਕਰਿਆ ਪਿਆ ਸੀ, ਸਾਰਾ ਕੱਢਤਾ ਦੁੱਧ ਬੰਦ ਕਰਕੇ। ਸਾਡੇ ਭਾਈ ਜ਼ਿਮੀਦਾਰ ਨਾਲ ਜ਼ਿਮੀਦਾਰ ਲੜਾ ਤੇ, ਡੈਰੀਆਂ ਵਾਲਿਆਂ ਡੈਰੀ ਲੜਾ ਤੇ, ਤੁਸੀਂ ਦੁੱਧ ਨਹੀਂ ਪਾਉਣ ਜਾਂਦਾ, ਫਲਾਣਾ ਨਹੀਂ ਪਾਉਣ ਜਾਂਦਾ, ਉਹ 5-5-2-2 ਕਿਲੋ ਦੁੱਧ ਪਾ ਕੇ ਮੇਰੇ ਵਰਗੇ ਕੋਈ ਗੁਜ਼ਾਰਾ ਕਰਦਾ ਸੀ, ਉਹ ਵੀ ਗੁਜ਼ਾਰਾ ਉਹਨਾਂ ਦਾ ਲੈਣ ਹੱਲ ਗਈ, ਉਦੋਂ ਵੀ ਸਾਡਾ ਮੰਡੀ ਚ ਕੱਲ ਆਪਣੇ ਬਾਈ ਹੋਰਾਂ ਨੇ ਕ੍ਰਾਂਤੀਕਾਰੀ ਨੇ ਦਾਇਆ ਤੀ ਜਾਮ ਮੰਡੀ ਸ਼ੁਰੂ ਕਰਾਈ ਹੈ, ਵੈਸੇ 3 ਦਿਨ ਮੰਡੀ ਬੰਦ ਰਹੀ ਹੈ, ਬੰਦ ਹੋਣ ਕਾਰਨ ਹੁਣ ਖਰੀਦ ਚੱਲੀ ਹੈ, ਹੁਣ ਰੇਟ ਦਾ ਨਹੀਂ ਪਤਾ ਵੀ ਕੀ ਨਿਕਲਿਆ ਸਾਨੂੰ, ਅੱਜ ਅਸੀਂ ਮੰਡੀ ਚ ਜਾ ਰਹੇ ਸੀ। ਸਦਾਰ ਦੇ ਵਿੱਚ ਤੁਸੀਂ ਸਾਰੇ ਇੱਥੇ ਬੈਠੇ ਹੋ, ਉੱਪਰ ਬੈਠੇ ਹੋ, ਠੀਕ ਹੈ ਜੀ। ਇਸ ਚੀਜ਼ ਦੇ ਲਈ ਭਾਵੇਂ ਗਲਤੀ ਕਿਸੇ ਦੀ ਵੀ ਹੋਵੇ, ਪ੍ਰਸ਼ਾਸਨ ਨੂੰ ਇਸ ਗੱਲ ਦਾ, ਇਸ ਚੀਜ਼ ਦਾ ਦਿਲੋਂ ਦੁੱਖ ਹੈ ਕਿ ਆਪ ਸਾਰਿਆਂ ਨੂੰ ਆਪਣਾ ਘਰ ਛੱਡ ਕੇ, ਆਪਣੇ ਰੋਜ਼ਗਾਰ ਛੱਡ ਕੇ, ਕੰਮ ਕਾਰ ਛੱਡ ਕੇ ਇੱਥੇ ਆ ਕੇ ਇਸ ਤਰ੍ਹਾਂ ਭੁੱਜੇ ਬਹਿਣਾ ਪਿਆ ਹੈਗਾ, ਰੋਟੀ ਪਾਣੀ ਤੋਂ ਵਾਂਝੇ ਰਹਿਣਾ ਪਿਆ ਹੈਗਾ। ਇਹ ਜਿਹੜੀਆਂ ਡਿਮਾਂਡ ਹੈਗੀਆਂ ਨੇ, ਜਿਹੜੀਆਂ ਵੀ ਮੰਗਾਂ ਹੈਗੀਆਂ ਨੇ, ਇੱਕ ਮੰਗ ਪੱਤਰ ਦੇ ਤੌਰ ਤੇ। ਪਾਤੜਾ ਤੋਂ ਸਤਪਾਲ ਗਰਗ ਦੀ ਰਿਪੋਰਟ।